देश विच अज सरकारी तेल गैस कंपनियां IOCL, BPCL अते HPCL ने LPG गैस दी कीमतां दा रिव्यू कीता है। कंपनी ने सनिचरवार नूं कमर्शियल गैस सिलेंडरां दी कीमतां विच 7 रुपए तक दा इजाफा कीता है। ਇਹ ਦਰਾਂ ਅੱਜ ਸ਼ਾਮ ਤੋਂ ਲਾਗੂ ਹੋ ਜਾਣਗੀਆਂ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਕੰਪਨੀਆਂ ਨੇ ਕਮਰਸ਼ੀਅਲ ਗੈਸ ਸਿਲੰਡਰ ਤੇ 84 ਰੁਪਏ ਦੀ ਕਮੀ ਕੀਤੀ ਸੀ। ਕੰਪਨੀਆਂ ਤੋਂ ਜਾਰੀ ਰਿਪੋਰਟ ਮੁਤਾਬਕ ਅੱਜ ਤੋਂ 19 ਕਿਲੋਗ੍ਰਾਮ ਦਾ ਗੈਸ ਸਿਲੰਡਰ ਜੋ ਕੱਲ ਤੱਕ 1796 ਰੁਪਏ ਵਿੱਚ ਬਾਜ਼ਾਰ ਵਿੱਚ ਮਿਲਦਾ ਸੀ ਉਹ ਅੱਜ ਵੱਧ ਕੇ 1803 ਰੁਪਏ ਤਾਈਂ ਮਿਲਿਆ ਕਰੇਗਾ। ਇਸ ਤੋਂ ਪਹਿਲਾਂ ਤੇਲ ਕੰਪਨੀਆਂ ਨੇ ਲਗਾਤਾਰ 3 ਮਹੀਨੇ ਅਪ੍ਰੈਲ, ਮਈ ਅਤੇ ਜੂਨ ਵਿੱਚ ਕਮਰਸ਼ੀਅਲ ਉਪਯੋਗ ਦੇ ਸਿਲੰਡਰਾਂ ਦੀ ਕੀਮਤਾਂ ਘਟਾ ਰੱਖੀਆਂ ਸੀ, ਲੇਕਿਨ ਉਦੋਂ ਘਰੇਲੂ ਗੈਸ ਸਿਲੰਡਰਾਂ ਦੀ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ। ਬਾਜ਼ਾਰ ਵਿੱਚ ਅੱਜ ਵੀ ਘਰੇਲੂ ਉਪਯੋਗ ਦਾ 14.2 ਕਿਲੋਗ੍ਰਾਮ ਦਾ ਗੈਸ ਸਿਲੰਡਰ ਪਹਿਲਾਂ ਦੀ ਦਰ 1106.50 ਰੁਪਏ ਵਿੱਚ ਹੀ ਮਿਲ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਰਾਜਸਥਾਨ ਵਿੱਚ ਤਿੰਨੋਂ ਤੇਲ ਗੈਸ ਕੰਪਨੀਆਂ ਦੇ 1,75,48,000 ਤੋਂ ਜ਼ਿਆਦਾ ਉਪਭੋਗਤਾ ਹਨ। ਗੈਸ ਦੀ ਕੀਮਤਾਂ ਵਿੱਚ ਘੱਟ ਅਤੇ ਵਧਣ ਦਾ ਸਿੱਧਾ ਅਸਰ ਹੁਣ ਇਹਨਾਂ ਗ੍ਰਾਹਕਾਂ ਦੀ ਜੇਬ ਤੇ ਸਿੱਧਾ ਪਵੇਗਾ। ਕੇਂਦਰ ਸਰਕਾਰ ਨੇ ਅਪ੍ਰੈਲ 2020 ਵਿੱਚ ਲੋਕਡਾਊਨ ਲੱਗਣ ਦੇ ਬਾਅਦ ਤੋਂ ਰਸੋਈ ਗੈਸ ਤੇ ਦਿੱਤੀ ਜਾਣ ਵਾਲੀ ਸਬਸਿਡੀ ਨੂੰ ਅਘੋਸ਼ਿਤ ਤੌਰ ਤੇ ਬੰਦ ਕਰ ਰੱਖਿਆ। ਅਪ੍ਰੈਲ 2020 ਤੱਕ ਲੋਕਾਂ ਨੂੰ ਰਸੋਈ ਗੈਸ ਤੇ 147 ਰੁਪਏ ਦੀ ਸਬਸਿਡੀ ਮਿਲਿਆ ਕਰਦੀ ਸੀ। ਤਾਂ ਫਿਲਹਾਲ ਜੋ ਵੱਡੀ ਖਬਰ ਅਸੀਂ ਤੁਹਾਨੂੰ ਦੱਸ ਰਹੇ ਹਾਂ, ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਜਿਹੜੇ ਕਮਰਸ਼ੀਅਲ ਗੈਸ ਸਿਲੰਡਰ ਹੈ ਜਿਨ੍ਹਾਂ ਦਾ 19 ਕਿਲੋਗ੍ਰਾਮ ਦਾ ਵਜ਼ਨ ਹੁੰਦਾ, ਉਸਨੂੰ ਵੱਖ ਵੱਖ ਸੂਬਿਆਂ ਦੇ ਮੁਤਾਬਿਕ ਜਿਹੜੀ ਹੈ 7 ਰੁਪਏ ਘੱਟੋ ਘੱਟ ਜਿਹੜੀ ਹੈ ਬੜੋਤਰੀ ਕੀਮਤਾਂ ਵਿੱਚ ਕੀਤੀ ਗਈ ਹੈ। ਤਾਂ ਇਸਦਾ ਹੁਣ ਸਿੱਧਾ ਅਸਰ ਆਮ ਲੋਕਾਂ ਤੇ ਪਏਗਾ, ਕਿਉਂਕਿ ਅਸੀਂ ਰੈਸਟੋਰੈਂਟ ਵਿੱਚ ਜਾਂਦੇ ਹਾਂ, ਤਮਾਮ ਤਰੀਕੇ ਦੀਆਂ ਅਸੀਂ ਗੈਸ ਦੇ ਨਾਲ ਸੰਬੰਧਿਤ ਕੋਈ ਵੀ ਚੀਜ਼ਾਂ ਢਾਬੇ ਤੇ ਖਾਣਾ ਖਾਂਦੇ ਹਾਂ, ਉਸਦਾ ਜਿਹੜਾ ਰੇਟ ਹੈ ਹੁਣ ਲਾਜ਼ਮੀ ਵਧੇਗਾ, ਜਿਸਦਾ ਅਸਰ ਹਰ ਆਮ ਆਦਮੀ ਦੀ ਜੇਬ ਤੇ ਪਵੇਗਾ। ਦੇਸ਼ ਦੁਨੀਆ ਦੀ ਤਮਾਮ ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕਹੂੰ ਪੰਜਾਬੀ ਚੈਨਲ। ਇਸ ਦੇ ਨਾਲ ਹੀ ਬੈਲ ਆਈਕਨ ਦੱਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ।